ਇਹ ਆਪਣੀ ਵੇਟ ਕਰ ਰਿਹਾ ਹੈ, ਕਿਆ ਬਾਤ ਹੈ, ਤੁਹਾਡਾ ਨਹੀਂ ਕਹਿੰਦੇ ਤਾਂ ਲਓ ਜੀ ਇਹ ਇੰਤਜ਼ਾਰ ਹੋ ਰਿਹਾ ਜੀ ਸਾਡਾ ਪਾਕਿਸਤਾਨ ਦਾ। ਇਹ ਕਿਹੜਾ ਪਿੰਡ ਹੈ ਦੱਸ ਜੀ? ਸੈਦਪੁਰ, ਸੈਦਪੁਰ ਪਿੰਡ ਹੈ ਜੀ, ਸੈਦਪੁਰ ਪਾਕਿਸਤਾਨ ਦਾ, ਇਹ ਗੁਜਰਾਂਵਾਲੇ ਦੇ ਵਿੱਚ ਹੈ ਸੈਦਪੁਰ ਪਿੰਡ, ਤੁਸੀਂ ਦੇਖ ਸਕਦੇ ਹੋ। ਸਮਨਵੀਰ ਦਾ ਪਿੰਡ ਹੈ, ਹਾਂ ਸਮਨ ਭਿੰਡਰ ਦਾ ਪਿੰਡ ਹੈ, ਤੇ ਉਹ ਦੇਖੋ ਸਾਹਮਣੇ ਫੋਟੋ ਲੱਗੀਆਂ ਸਾਡੀਆਂ, ਇਹ ਆਹ ਚੀਜ਼ਾਂ ਦੇਖੋ ਕਿਆ ਬਾਤ ਹੈ। ਹਿੰਦੂ ਮੁਸਲਿਮ ਸਿੱਖ ਈਸਾਈ, ਜਿਵੇਂ ਇੰਡੀਆ ਦੇ ਵਿੱਚ ਸਲੋਗਨ ਹੁੰਦਾ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਨੇ ਭਾਈ ਭਾਈ, ਇਹ ਜਿਹੜਾ ਬੋਰਡ ਲੱਗਾ ਹੋਇਆ ਇਹ ਇੰਡੀਆ ਦੇ ਵਿੱਚ ਨਹੀਂ ਹੈ, ਇਹ ਪਾਕਿਸਤਾਨ ਦੇ ਵਿੱਚ ਆ, ਪਾਕਿਸਤਾਨ ਦਾ ਪਿੰਡ ਸੈਦਨਗਰ, ਸੈਦਨਗਰ ਦੇ ਵਿੱਚ ਲੱਗਾ ਬੋਰਡ ਜਿਹੜਾ, ਇਹਦਾ ਤੁਹਾਨੂੰ ਪਹਿਲਾਂ ਹਿਸਟਰੀ ਦੱਸਦਿਆਂ। ਆਹ ਜਿਹੜੀ ਤਸਵੀਰ ਤੁਸੀਂ ਗੁਲਾਮ ਹੁਸੈਨ ਦੀ ਦੱਸ ਰਹੇ ਹੋ, ਇਹਨਾਂ ਨੇ 1947 ਦੇ ਵਿੱਚ ਇਸਲਾਮ ਕਬੂਲ ਕਰ ਲਿਆ ਸੀਗਾ, ਬਾਕੀ ਜਿਹੜੇ ਚਾਰ ਭਰਾ ਨੇ ਉਹਨਾਂ ਦੇ ਸੱਕੇ ਭਰਾ ਇਹ ਜਿਹੜੇ ਹੈਗੇ ਇੰਡੀਆ ਚਲੇ ਗਏ ਸੀ, ਇਹ ਇੱਥੇ ਰਹਿ ਗਏ। ਹੁਣ ਆਪਾਂ ਗੱਲਬਾਤ ਕਰਦੇ ਉਹਨਾਂ ਦੀਆਂ ਗਾਂ ਔਲਾਦਾਂ ਦੇ ਨਾਲ ਕਿ ਇਹ ਕਿਹੜੇ ਕਿਹੜੇ ਪਰਿਵਾਰ ਸੀ, ਉਹਨਾਂ ਦੇ ਕਿਹੜੇ ਬੱਚੇ, ਉਹਨਾਂ ਦੇ ਪੁਰਾਣੇ ਨਾਂ ਕੀ ਸੀਗੇ, ਅਤੇ ਹੁਣ ਉਹਨਾਂ ਨੇ ਜਦੋਂ ਧਰਮ ਤਬਦੀਲ ਕਰ ਲਿਆ ਤਾਂ ਉਹਨਾਂ ਦਾ ਜਿਹੜਾ ਹੈਗਾ ਕੀ ਨਾਂ ਹੋ ਗਿਆ। ਗੁਲਾਮ ਹੁਸੈਨ ਜਿਹੜੇ ਇੱਥੇ ਰਹਿ ਗਏ ਸੀਗੇ ਉਹਨਾਂ ਦੇ ਗਾਂ ਪੜਪੋਤੇ ਉਹ ਸਾਡੇ ਨਾਲ ਨੇ, ਮੁਹੰਮਦ ਅਸਦ, ਅਸਦ ਮੁਹੰਮਦ ਅਸਦ। ਇਹ ਦੱਸੋ ਤੁਸੀਂ ਜਿਹੜੇ ਗੁਲਾਮ ਹੁਸੈਨ ਸੀਗੇ ਉਹ ਤੁਹਾਡੇ ਕੀ ਲੱਗਦੇ ਸੀ? ਮੇਰੇ ਪੜਦਾਦਾ ਅੱਬੂ ਸਾਹਿਬ। ਅੱਛਾ ਅੱਛਾ, ਇਹ 1947 ਵੇਲੇ ਇੱਥੇ ਰਹਿ ਗਏ ਸੀਗੇ? ਹਾਂਜੀ, ਕਿਉਂਕਿ ਇਹਨਾਂ ਨੇ ਇਸਲਾਮ ਕਬੂਲ ਕਰ ਲਿਆ ਸੀ, ਹਾਂ, ਤੇ ਜਿਹੜੇ ਇਹਨਾਂ ਦੇ ਭਾਈ ਸਨ ਉਹ ਸਿੱਖ ਹੀ ਰਹੇ ਸਨ। ਅੱਛਾ, ਉਹ ਜਿਹੜੇ ਨੇ ਚਲੇ ਗਏ ਉੱਥੇ ਇੰਡੀਆ, ਅੱਛਾ, ਤੇ ਇਹਨਾਂ ਇਸਲਾਮ ਕਬੂਲ ਕਰ ਲਿਆ। ਇਹਨਾਂ ਦਾ ਪਹਿਲੇ ਨਾਮ ਸੀ ਤਾਰਾ ਸਿੰਘ, ਤਾਰਾ ਸਿੰਘ, ਤਾਰਾ ਸਿੰਘ, ਹਾਂਜੀ, ਤੇ ਇਹਨਾਂ ਦੇ ਜਿਹੜੇ ਮੇਰੇ ਦਾਦਾ ਅੱਬੂ ਸਨ ਉਹ ਵੀ ਸਿੱਖ ਹੀ ਸਨ। ਅੱਛਾ ਜੀ, ਉਹਨਾਂ ਦੇ ਬੱਚੇ ਹੋਣਗੇ? ਉਹਦੇ ਬੱਚੇ ਹੋਣਗੇ, ਛੋਟੇ ਸਨ। ਉਹਨਾਂ ਦਾ ਨਾਮ ਸੀ ਸ਼ਾਨਾ ਸਿੰਘ, ਅੱਛਾ, ਇੱਕ ਦਾ ਨਾਮ ਸ਼ਾਨਾ ਸਿੰਘ ਸੀ, ਇੱਕ ਦਾ ਨਾਮ ਸੀ ਜਮਲ ਸਿੰਘ। ਅੱਛਾ, ਇਹ ਦੋ ਭਾਈ ਸਨ ਛੋਟੇ, ਜੈਮਲ ਸਿੰਘ, ਜੈਮਲ ਸਿੰਘ, ਹਾਂਜੀ, ਤੇ ਉਹ ਇੱਥੇ ਰਹਿ ਗਏ ਸਨ, ਤੇ ਜਿਹੜੇ ਇਹਨਾਂ ਦੇ ਭਾਈ ਸਨ ਉਹ ਉਧਰ ਚਲੇ ਗਏ। ਉਹਨਾਂ ਬੜਾ ਫੋਰਸ ਵੀ ਕੀਤਾ ਕਿ ਸਾਡੇ ਨਾਲ ਚੱਲੋ ਇੰਡੀਆ, ਸਾਡੇ ਉੱਥੇ ਚੱਲੋ, ਤੇ ਲੇਕਿਨ ਇਹ ਨਹੀਂ ਸੀ ਗਏ ਆ, ਇਹ ਆਉਂਦੇ ਹਨ ਕਿ ਅਸੀਂ ਉਹਨੇ ਇਸਲਾਮ ਕਬੂਲ ਕਰ ਲਿਆ, ਉਹਦੇ ਅਸੀਂ ਨਹੀਂ ਜਾਣਾ। ਤੇ ਇਹਨਾਂ ਦਾ ਇੱਕ ਪੰਜਵਾਂ ਭਾਈ ਵੀ ਸੀ ਬਰਿਆਮ ਸਿੰਘ, ਅੱਛਾ, ਜਿਹੜਾ ਜਿਵੇਂ ਖੂਨ ਖਰਾਬਾ ਹੋਇਆ, ਜਿਵੇਂ ਉੱਧਰ ਹੋਇਆ ਉਂ ਜਿੱਧਰ ਹੋਇਆ, ਗਲਤ ਫੈਮਿਲੀ ਦੀ ਬਨਾਤ, ਲੋਕ ਬਹਿ ਕੇ ਇੱਕ ਦੂਸਰੇ ਨੂੰ ਮਾਰਿਆ, ਵੇਖੋ ਜੀ ਕਸੂਰ ਤਾਂ ਕਿਸੇ ਦਾ ਵੀ ਨਹੀਂ ਸੀ। ਹਾਂ ਬਿਲਕੁਲ, ਤੇ ਉਹ ਬਰਿਆਮ ਸਿੰਘ ਜਿਹੜਾ ਉਹ ਇੱਥੇ ਕਤਲ ਹੋ ਗਿਆ ਸੀ। ਅੱਛਾ ਅੱਛਾ, ਇੱਥੇ ਕਤਲ ਹੋ ਗਏ ਸਨ ਪਿੰਡ, ਤੇ ਬਾਕੀ ਜਿਹੜੇ ਨੇ ਦੂਸਰੇ ਆਪਣੇ ਅਮਨੋ ਇਮਾਨ ਇੱਥੋਂ ਉੱਥੇ ਗਏ ਸਨ। ਉਹ ਪਤਾ ਕਿੱਥੇ ਬੈਠੇ ਨੇ ਉੱਥੇ ਇੰਡੀਆ 'ਚ? ਇੰਡੀਆ ਦੇ ਵਿੱਚ ਦੂਸਰਾ ਹੁਣ ਫਿਲ ਵਕਤ ਪਤਾ, ਪਹਿਲੇ ਜਿਹੜਾ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੇਸਬੁੱਕ ਚਲਾਉਣੀ, ਹਰ ਜਿਹੜਾ ਵੀ ਭਿੰਡਰ ਸਾਨੂੰ ਨਜ਼ਰ ਆਉਣਾ ਇੰਡੀਆ ਦਾ ਕੋਈ ਸਿੰਘ, ਅਸੀਂ ਉਹਨੂੰ ਕਮੈਂਟ ਕਰਨਾ, ਪੁੱਛਣਾ ਕਿ ਤੁਸੀਂ ਤੁਹਾਡਾ ਵੀ ਪਾਕਿਸਤਾਨ 'ਚ ਹੈ, ਇਹ ਤੁਸੀਂ ਵੀ ਪਾਕਿਸਤਾਨ 'ਚ ਗਏ ਹੋ ਉੱਧਰ। ਉਹ ਫਿਰ ਇਵੇਂ ਕਰਦਿਆਂ ਕਰਦਿਆਂ ਮੇਰੀ ਜਿਹੜੀ ਹੈ ਨਾ ਦੂਸਰਾ ਗੁਰੂ ਚਰਨ ਸਿੰਘ ਭਿੰਡਰ ਸਾਹਿਬ ਦੇ ਨਾਲ ਗੁਰਦਾਸਪੁਰ ਦੇ ਨੇ, ਅੱਛਾ, ਉਹਨਾਂ ਦੇ ਨਾਲ ਮੇਰੀ ਗੱਲਬਾਤ ਸ਼ੁਰੂ ਹੋਈ। ਉਹਨਾਂ ਨੇ ਮੈਂ ਪੁੱਛਿਆ ਕਿ ਤੁਸੀਂ ਭਿੰਡਰ ਹੋ ਅਤੇ ਤੁਸੀਂ ਤੁਹਾਡੇ ਪਾਕਿਸਤਾਨ ਦੇ ਹੋ? ਉਹਨਾਂ ਕਹਿੰਦੇ ਪਾਕਿਸਤਾਨ ਦੇ ਨਾਲ ਸਾਡਾ ਤਲਕ ਤਾਂ ਨਹੀਂ ਆਇਆ, ਅਸੀਂ ਸ਼ੁਰੂ ਤੋਂ ਇੱਥੇ ਹੀ ਰਹਿਣ ਵਾਲੇ ਹਾਂ, ਸਾਡੀ ਗੋਤ ਭਿੰਡਰ ਹੀ ਹੈ। ਅਤੇ ਉਹਨਾਂ ਨਾਲ ਮੇਰੀ ਕਾਫੀ ਦੇਰ ਫਿਰ ਕਾਫੀ ਅਰਸਾ ਗੱਲਬਾਤ ਹੋਈ। ਉਹਨਾਂ ਕਿਹਾ ਮੈਂ ਤੁਹਾਡੇ ਜਿਹੜਾ ਪਰਿਵਾਰ ਨੂੰ ਲੱਭਣ ਦੇ ਵਿੱਚ ਤੁਹਾਡੀ ਮਦਦ ਕਰ ਸਕਦਾ ਵਾ, ਜਿਵੇਂ ਦੀ ਆਉਂਦੇ ਹੋ ਤੁਸੀਂ। ਉਹਨਾਂ ਫਿਰ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹੀ, ਔਰ ਕਿਉਂਕਿ ਡਰੈਸ ਦਾ ਨਹੀਂ ਸੀ ਪਤਾ ਹੈ, ਲੇਕਿਨ ਜਦੋਂ ਮੈਂ ਮੈਨੂੰ ਸ਼ੁਰੂ ਦੇ ਸ਼ੌਕ ਹੈਗਾ ਹਿਸਟਰੀ ਦੀਆਂ ਗੱਲਾਂ ਵਡੇਰਿਆਂ ਕੋਲ ਪੁੱਛਣ ਦਾ, ਉਹਨਾਂ ਨੂੰ ਬਈ ਕਿਵੇਂ ਰਹਿੰਦੇ ਸਨ, ਕਿੱਥੇ ਗਏ ਸਨ। ਹੁਣ ਮੇਰੇ ਜਿਹੜੇ ਦਾਦਾ ਅੱਬੂ ਹਨ ਉਹਨਾਂ ਗੱਲ ਸੁਣਾਈ ਸੀ ਕਿ ਜਿਹੜੇ ਇੱਧਰ ਰਾਣਾ ਇਕਬਾਲ ਖਾਂ ਜਿਹੜੇ ਅਸੈਂਬਲੀ ਸਪੀਕਰ ਨੇ ਰਾਣਾ ਖੋਲ ਖਾਂ ਕੇ, ਜਿਹੜੇ ਇਹ ਆਪਣੀ ਪੈਲੀ ਉੱਧਰ ਛੱਡ ਕੇ ਆਏ ਨੇ, ਜਿਹੜੇ ਸਾਡੇ ਇੱਧਰੋਂ ਗਏ ਨੇ, ਉਹਨਾਂ ਨੂੰ ਅਲਾਟ ਹੋਈ ਉੱਧਰ ਜਾ ਕੇ। ਉੱਥੇ ਕਿਹੜੇ ਪਿੰਡ ਪਤਾ ਲੱਗ ਗਿਆ? ਉਹ ਜ਼ਿਲ੍ਹਾ ਕੁਰਸ਼ੇਤਰ ਹੈ, ਗੜੂ ਗੋਮਥਲਾ ਜਿਹੜਾ, ਉਹ ਜਿਹੜਾ ਥਾਣਾ ਗੜੂ ਗੋਮਥਲਾ ਇਹਨਾਂ ਨੂੰ ਲੱਗਦਾ ਜਿਹੜਾ। ਉਹਨਾਂ ਮਾਸ਼ਾਅੱਲਾ ਸਾਨੂੰ ਬੜੀ ਸਪੋਰਟ ਕੀਤੀ ਹੈ, ਅੱਛਾ, ਅਸਾਂ ਇੰਨੀ ਦੇਰ ਪਿੱਛੋਂ ਮਿਲੇ, ਨਾਸਰ ਢਿੱਲੋਂ ਸਾਹਿਬ ਦੇ ਬਦੌਲਤ ਮਿਲੇ ਅਸੀਂ, ਤੇ ਉਹ ਲੈ ਕੇ ਆਏ ਸਮਨਦੀਪ ਸਿੰਘ ਨੂੰ, ਜਿਹੜੇ ਤੁਹਾਨੂੰ ਜਿਹੜੇ ਤੁਸੀਂ ਲੱਭ ਰਹੇ ਸੀ ਆਖਰ ਤੁਹਾਨੂੰ ਮਿਲ ਗਏ, ਮਿਲ ਗਏ, ਫਿਰ ਕਿੰਨੀ ਖੁਸ਼ੀ ਹੋਈ ਹੈ।
ਖੁਸ਼ੀ ਦਾ ਤਾਂ ਕੋਈ ਅਸੀਂ ਦੱਸ ਨਹੀਂ ਸਕਦੇ ਹੁਣ, ਕਿਉਂਕਿ ਇਹ ਦਿਲਾਂ ਦੇ ਵਿੱਚ ਹੀ ਹੁੰਦੀ ਖੁਸ਼ੀ ਜਿਹੜੀ ਹੁੰਦੀ ਹੈ। ਲੇਕਿਨ ਇਹ ਵੇ ਕੇ ਬੜੇ ਦਿਲ ਜਿਹੜਾ ਉਹ ਇਮੋਸ਼ਨਲ ਵੀ ਹੋਇਆ ਉਹਨਾਂ ਨੂੰ ਲੈ ਕੇ ਕਿ ਇੰਨੀ ਦੇਰ ਪਿੱਛੋਂ 75 ਸਾਲ ਬਾਅਦ। ਇੱਥੇ ਗੱਲਾਂ ਹੀ ਸੁਣੀ ਦੀਆਂ ਹੁੰਦੀਆਂ ਹਨ ਸਾਡੇ ਚਾਚੇ ਬਾਬੇ ਉੱਧਰ ਹੁੰਦੇ ਨੇ, ਲੇਕਿਨ ਸਾਨੂੰ ਪਤਾ ਨਹੀਂ ਸੀ ਹੁੰਦਾ। ਬੜੀ ਦਿਲ ਦੇ ਵਿੱਚ ਖੁਆਇਸ਼ ਸੀ, ਬੜੀ ਹੁੱਬ ਸੀ ਕਿ ਅਸੀਂ ਉਹਨਾਂ ਨੂੰ ਮਿਲੀਏ, ਅਤੇ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਅਜੇ ਵੀ। ਅੱਗੋਂ ਦੂਸਰਾ ਜਿਹੜਾ ਪਰਿਵਾਰ, ਤੁਸੀਂ ਉਹਨਾਂ ਦੀਆਂ ਤਸਵੀਰਾਂ ਵੀ ਲਾ ਛੱਡੀਆਂ, ਵੇਖੋ ਪਿੰਡ। ਵੇਖੋ ਜੀ, ਤਸਵੀਰਾਂ 'ਤੇ ਤਾਂ ਕੁਛ ਵੀ ਨਹੀਂ ਹੈ, ਇਹ ਨਹੀਂ ਕਿ ਅਸੀਂ ਖਾਲੀ ਸਾਡੇ ਰਿਸ਼ਤੇਦਾਰ ਨੇ ਸਿੱਖ ਪਰਿਵਾਰ ਅਤੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ। ਜਿੰਨੇ ਵੀ ਸਿੱਖ ਨੇ ਦੁਨੀਆਂ ਦੇ ਉੱਤੇ ਕਿਸੇ ਕੋਨੇ 'ਤੇ ਵੀ ਬੈਠੇ ਨੇ, ਅਸੀਂ ਪਾਕਿਸਤਾਨੀ, ਅਸੀਂ ਮੁਸਲਮਾਨ, ਅਸੀਂ ਉਹਨਾਂ ਦਾ ਹੱਦ ਤੋਂ ਜ਼ਿਆਦਾ ਇਹਤਰਾਮ ਕਰਦੇ ਹਾਂ, ਉਹਨਾਂ ਦੀ ਇੱਜ਼ਤ ਕਰਦੇ ਹਾਂ, ਕਿਉਂਕਿ ਸਾਡੀਆਂ ਜਿਹੜੇ ਅਸੀਂ ਪੰਜਾਬੀ ਹਾਂ, ਸਾਡੀਆਂ ਰਗਾਂ 'ਚ ਇੱਕ ਪਿਓ ਦਾਦੇ ਦਾ ਖੂਨ ਹੈ। ਬਿਲਕੁਲ ਬਿਲਕੁਲ, ਇਕੱਠੇ ਰਹਿੰਦੇ ਸਾਂ। ਚਲੋ ਹੁਣ ਵੱਖਰੀ ਗੱਲ ਹੈ ਕਿ ਬਾੜ ਆ ਗਈ ਹੈ, ਵਿੱਚ ਕੰਧ ਵੱਜ ਗਈ, ਕੰਧ ਵੱਜ ਗਈ, ਲੇਕਿਨ ਇਹ ਵੇਖ ਸਾਡੇ ਪਿਆਰ ਜਿਹੜਾ ਹੈ, ਪਿਆਰ ਬਰਕਰਾਰ ਰਹੂਗਾ। ਪਿਆਰ ਦੇ ਵਿੱਚ ਕੰਧ ਨਹੀਂ ਵੱਜ ਸਕਦੀ, ਪਿਆਰ ਦੇ ਵਿੱਚ ਕੋਈ ਕੰਧ ਮਾਰ ਹੀ ਨਹੀਂ ਸਕਦਾ। ਹਾਂ ਬਿਲਕੁਲ, ਸਾਡੇ ਦਿਲ, ਸਾਡੇ ਦਿਲ ਜਿਹੜੇ ਨੇ ਸਰਦਾਰਾਂ ਵਾਸਤੇ ਧੜਕਦੇ ਨੇ, ਅਸੀਂ ਉਹਨਾਂ ਵਾਸਤੇ ਆਪਣੀ ਜਾਨ, ਸਾਡੇ ਮਾਲ, ਸਾਡੇ ਕੋਲ ਜੋ ਕੁਛ ਵੀ ਆਇਆ ਅਸੀਂ ਉਹਨਾਂ ਵਾਸਤੇ ਆਪਣਾ ਨਜ਼ਰਾਨਾ ਪੇਸ਼ ਕਰਨ ਨੂੰ ਤਿਆਰ ਹਾਂ। ਕਿਧਰੇ ਸਾਡੀ ਜ਼ਰੂਰਤ ਪਏ, ਅਸੀਂ ਇੱਧਰੋਂ ਜੋ ਜਿੰਨੇ ਜੋਗੇ ਹੈ ਵਾਂ, ਜੋ ਕੁਛ ਕਰ ਸਕਦੇ ਹਾਂ ਅਸੀਂ ਕਰਨੇ। ਤੁਹਾਡੇ ਕੀ ਲੱਗਦੇ ਗੁਲਾਮ ਸਿੰਘ? ਪੜਦਾਦਾ ਜੀ ਨੇ ਅਤੇ ਇਹਨਾਂ ਦਾ ਵੱਡੇ ਬੇਟਾ ਹਨ, ਮੰਮਾ ਸਿੰਘ ਪਿੰਡਰ। ਅੱਛਾ, ਉਸ ਤੋਂ ਬਾਅਦ ਮੰਮਦ ਖਾਂ ਪਿੰਡਰ, ਸਰਦਾਰ ਪਿੰਡਰ, ਇਹ ਤਿੰਨ ਭਰਾ ਸਨ, ਉਹ ਸਾਰੀ ਫੈਮਿਲੀ ਇਕੱਠੀ ਆ। ਇਹ ਮਿਹਰਬਾਨੀ ਹੈ ਅਤੇ ਕੁਛ ਅੱਗੋਂ ਇਹ ਤਨਜ਼ੀਮ ਚਲਾ ਕੇ ਚਰਚ ਸਮਨ ਨੂੰ ਹੋਰ ਕਲੋਜ਼ ਕਰ ਦਿੱਤਾ। ਬਿਲਕੁਲ ਬਿਲਕੁਲ, ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਚਰਚ ਸਮਨ ਦੇ ਵੀ, ਕਿ ਜਿਹੜੇ ਹਜੇ ਤੱਕ ਸਾਡਾ ਸਾਥ ਦੇ ਰਹੇ ਨੇ, ਅਤੇ ਦੂਸਰਿਆਂ ਦਾ ਵੀ ਇਹ ਵੇ ਕਿ ਇਹ ਇੱਕ ਇਨਸਾਨੀਅਤ ਹੈ। ਬਿਲਕੁਲ, ਆਪਣੇ ਦਿਲ 'ਚੋਂ ਇੱਕ ਹੋਬ ਉੱਠਦੀ ਹੈ ਜਿਹੜੀ ਕਿ ਚਰਚ ਸਮਨ ਦੇ ਦਿਲ 'ਚੋਂ ਉੱਠੀ ਹੈ, ਅਤੇ ਜਿਹੜੇ ਹਜੇ ਤੱਕ ਸਾਡੇ ਨਾਲ ਇੰਨੀ ਕਿ ਅਸੀਂ ਉਹ ਇੰਡੀਆ ਵਾਲੇ ਨੇ ਅਤੇ ਅਸੀਂ ਪਾਕਿਸਤਾਨ 'ਚ ਹਾਂ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਸਾਰੇ ਇੱਕ ਹਾਂ, ਅਸੀਂ ਸਾਰੇ ਇੱਕ ਹਾਂ। ਇਹ ਜਿਹੜੀ ਮੈਂ ਤੁਹਾਡੇ ਤੋਂ ਇਹ ਸਵਾਲ ਕਰਾਂਗਾ, ਤੁਸੀਂ ਬਿਲਕੁਲ ਇੱਥੇ ਦੇਖੋ ਮੁਸਲਿਮ, ਸਿੱਖ, ਕ੍ਰਿਸਚਨ ਅਤੇ ਹਿੰਦੂ, ਇਹਨਾਂ ਦਾ ਜਿਹੜਾ ਲੋਗੋ ਆ ਉਹ ਲਾਇਆ ਹੋਇਆ, ਅਤੇ ਤੁਹਾਨੂੰ ਲੱਗਦਾ ਕਿ ਇਹਨਾਂ 'ਚ ਫਰਕ ਹੈਗਾ? ਨਹੀਂ, ਸਾਨੂੰ ਨਹੀਂ ਲੱਗਦਾ। ਕਿੰਨੇ ਪਾਇਆ ਫਰਕ? ਬਸ ਸਾਡੇ 'ਚ ਹੀ ਕੁਝ ਐਸੇ ਸ਼ਖਸ ਨੇ ਜਿਹੜੇ ਆਪਣਾ ਸਮਝਦੇ ਨੇ ਫਰਕ, ਇਹ ਸਿਰਫ ਸੋਚ ਦੀ ਗੱਲ ਹੈ। ਆਪਦੇ ਨਿੱਜੀ ਮੁਫਾਦ ਕੱਢਣ ਲਈ ਸਾਨੂੰ ਲੜਾਉਂਦੇ ਆ। ਜੀ ਬਿਲਕੁਲ, ਉਹ ਅਸੀਂ ਉਹ ਸਾਡੇ 'ਚ ਵੀ ਨੇ, ਤੁਹਾਡੇ 'ਚ ਵੀ ਨੇ, ਬਿਲਕੁਲ ਬਿਲਕੁਲ, ਉਹ ਸਾਰੇ ਮਿਕਸ ਨੇ। ਯਾਨੀ ਧਰਮਾਂ ਦੇ ਵਿੱਚ ਜਿਹੜੇ ਲੋਕ ਸ਼ਰਾਰਤੀ ਕਿਸਮ ਦੇ ਲੋਕ ਨੇ ਉਹ ਸਾਨੂੰ ਲੜਾ ਰਹੇ ਆ, ਫਿਰਕਾ ਪ੍ਰਸ ਲੋਕ ਨੇ, ਬਾਕੀ ਸਾਸੀ ਜਿਹੜੇ ਆ ਆਮ ਇਨਸਾਨ ਜਿਹੜੇ ਉਹ ਪਿਆਰ ਹੀ ਵੰਡ ਰਹੇ ਆ। ਜੀ ਬਿਲਕੁਲ, ਜਿੰਨਾ ਪਿਆਰ ਸਾਨੂੰ ਕੋਈ ਜੀ ਇੰਡੀਆ ਤੋਂ ਆਉਂਦਾ, ਔਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿਆਰ ਕਰਦੇ ਨੇ ਉਹ, ਔਰ ਸਾਡੇ ਵੀ ਆਪਣਾ ਉੱਥੇ ਇੱਕ ਦਰਬਾਰ ਹੈ ਅਜਮੇਰ ਸ਼ਰੀਫ, ਅਜਮੇਰ ਸ਼ਰੀਫ ਰਾਜਸਥਾਨ ਦੇ ਵਿੱਚ। ਜੀ ਜੀ, ਔਰ ਇੱਥੋਂ ਜਾਂਦੇ ਨੇ ਸਾਡੇ ਮੁਸਲਮਾਨ ਭਰਾ ਉੱਥੇ ਦਰਬਾਰ ਦੇ, ਔਰ ਉਹਨਾਂ ਨੂੰ ਇਸੇ ਤਰ੍ਹਾਂ ਪਿਆਰ ਮਿਲਦਾ ਜਿਸ ਤਰ੍ਹਾਂ ਉਹ ਉੱਧਰੋਂ ਇੱਥੇ ਆਏ ਜੀਆਂ ਨੂੰ ਅਸੀਂ ਕਰਦੇ ਹਾਂ। ਬਿਲਕੁਲ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਦਿਖਾਵਾਂਗਾ, ਇਹ ਮੇਰੇ ਨਾਲ ਆਓ, ਕਿ ਸਾਡੇ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਸਾਡੀਆਂ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ। ਜਦੋਂ ਅਸੀਂ ਹੁਸੈਨੀਵਾਲਾ ਤੋਂ ਇੱਧਰ ਨੂੰ ਆਏ ਹਾਂ, ਤੁਸੀਂ ਆਹ ਪਿੱਛੇ ਦੇਖੋ ਹਜੂਮ, ਪਹਿਲਾਂ ਪਿੱਛੇ ਹਜੂਮ ਦੇਖੋ, ਜਿੱਧਰ ਨੂੰ ਜਾਈਦਾ ਉੱਥੇ ਜਿਹੜੇ ਹੈਗੇ ਆ ਉਹ ਆਹ ਜਿਹੜੇ ਬੱਚੇ ਆ ਜਾਂ ਦੂਜੇ ਵੀਰ ਨਾਲ ਆ ਉਹ ਨਾਲ ਨਾਲ ਸਾਰੇ ਤੁਰਦੇ ਆ। ਆਹ ਪਿੱਛੇ ਦੇਖੋ, ਇਸ ਪਿੰਡ ਨੇ ਜਿਹੜੀ ਇਹ ਸਾਡੀ ਤਸਵੀਰ ਲਾਈ ਹੋਈ ਆ, ਠੀਕ ਹੈ ਜੀ। ਸਾਰੀ ਜਿੰਨੀ ਟੀਮ ਅਸੀਂ ਆਏ ਸੀ ਨਾਲ, ਬਾਬਾ ਸਿੱਕਾ ਖਾਨ, ਮੁਹੰਮਦ ਸਦੀਕ, ਨਾਸਰ ਢਿੱਲੋਂ ਹੋਣਾ ਦੀ ਟੀਮ, ਵਕਾਰ ਪਿੰਡਰ, ਠੀਕ ਹੈ ਜੀ, ਅਤੇ ਵਿਕਾਸ ਹੈਦਰ, ਉਹ ਸਾਰੇ ਜਿਹੜੇ ਹੈਗੇ ਸੀ ਸਾਡੇ ਨਾਲ ਜਿਹੜੇ ਦੋਸਤ ਸੀਗੇ, ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ, ਠੀਕ ਹੈ। ਕਿੰਨਾ ਕੁ ਅਸੀਂ ਦੱਸੋ ਇਹਨਾਂ ਲੋਕਾਂ ਦਾ ਧੰਨਵਾਦ ਕਰੀਏ, ਅਤੇ ਮੈਨੂੰ ਲੱਗਦਾ ਸ਼ਬਦਾਂ 'ਚ ਅਸੀਂ ਬਿਆਨ ਨਹੀਂ ਕਰ ਸਕਦੇ। ਦੇਖੋ ਜਿੱਥੇ ਜਾ ਕੇ ਖੜ੍ਹਦੇ ਹਾਂ ਉੱਥੇ ਨਾਲ ਦੀ ਨਾਲ ਭੀੜ ਜਿਹੜੀ ਆ ਉਹ ਜਮ੍ਹਾਂ ਹੋ ਜਾਂਦੀ ਹੈ। ਇਹ ਸਾਡੀਆਂ ਤਸਵੀਰਾਂ ਸਾਡੇ ਆਉਣ ਤੋਂ ਪਹਿਲਾਂ ਲਾ ਛੱਡੀਆਂ ਜੇ? ਜੀ ਬਿਲਕੁਲ, ਅਸੀਂ ਖੁਸ਼ ਆਮਦੀਦ ਵਾਸਤੇ ਲਾਈਆਂ ਹਨ, ਇਹ ਸਾਡਾ ਪਿਆਰ ਸੀ, ਔਰ ਸਾਰੇ ਪਿੰਡ ਯਾਦ ਹੈ ਜਿਹੜੀ ਅਸੀਂ ਇਹ ਫਲੈਕਸ ਲਾਈਏ, ਇਹ
ਸਮਝ ਲਓ ਕਿ ਆਪ ਹੀ ਅੰਦਰੋਂ ਪਿਆਰ ਜਗਾਉਂਦੀ ਹੈ, ਮਿਲਣ ਵਾਸਤੇ ਅਹਿਸਾਸ ਪੈਦਾ ਕਰਦੀ ਹੈ ਕਿ ਅਸੀਂ ਖੁਸ਼ੀ ਨਾਲ ਭਾਈ ਸਾਡੇ ਪਿੰਡ ਇਹ ਜੀ ਆ ਰਹੇ ਨੇ, ਅਸੀਂ ਇਹਨਾਂ ਦਾ ਅੱਛੇ ਤਰੀਕੇ ਨਾਲ ਵੈਲਕਮ ਕਰੀਏ, ਇਸਤਕਬਾਲ ਕਰੀਏ, ਤੁਹਾਨੂੰ ਵੈਲਕਮ ਕਰਨੇ ਆ। ਨਹੀਂ ਵੈਲਕਮ ਤਾਂ ਤੁਸੀਂ ਸਾਡਾ ਜਿਹੋ ਜਿਹਾ ਕੀਤਾ, ਪਹਿਲਾਂ ਸਵਾਗਤ ਕੀਤਾ, ਉਹ ਤੋਂ ਬਾਅਦ ਸਾਡੇ ਆਉਣ ਤੋਂ ਪਹਿਲਾਂ ਸਾਡੀਆਂ ਫੋਟੋ ਲਾਈਆਂ ਬੈਠੀਆਂ, ਇੰਝ ਵੈਲਕਮ ਕੌਣ ਕਰਦਾ? ਮੈਂ ਕਹਿੰਦਾ ਆਪਾਂ ਆਪਦੇ ਚਾਚੇ ਤਾਂ ਦੂਜਾ ਮਾਸੀ ਭੂਆ ਨਾਨਕਿਆਂ ਦੇ ਜਾਈਏ, ਉੱਥੇ ਵੀ ਕੋਈ ਫੋਟੋ ਲਾ ਕੇ ਵੈਲਕਮ ਨਹੀਂ ਕਰਦਾ। ਠੀਕ ਹੈ, ਤੁਸੀਂ ਸਾਡੇ ਆਉਣ ਤੋਂ ਪਹਿਲਾਂ ਸਾਡੀਆਂ ਤਸਵੀਰਾਂ ਉੱਤੇ ਲਾ ਛੱਡੀਆਂ, ਸਾਡੀ ਕੋਸ਼ਿਸ਼ ਤੇ ਅਸੀਂ ਦਿਲੋਂ ਤੁਹਾਡਾ ਸਤਿਕਾਰ ਕਰਦੇ ਹਾਂ, ਦਿਲੋਂ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਇੰਨਾ ਸਤਿਕਾਰ ਦਿੱਤਾ। ਠੀਕ ਹੈ, ਸਾਡੀ ਕੋਸ਼ਿਸ਼ ਇਹ ਵੇ ਕਿ ਜਿਹੜੀ ਇਹ ਦੀਵਾਰ ਹੈ ਨਾ ਇਹ ਖਤਮ ਹੋ ਜਾਏ, ਸਾਡਾ ਵੀ ਬੜਾ ਦਿਲ ਕਰਦਾ। ਆਪਾਂ ਪਿਆਰ ਹੀ ਇੰਨਾ ਵਧਾਈ ਜਾਣਾ, ਪਿਆਰ ਹੀ ਇੰਨਾ ਵਧਾਈ ਜਾਣਾ ਕਿ ਦੁਬਾਰਾ ਆਪੇ ਖਤਮ ਹੋ ਜਾਣੀ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ, ਦੇਖੋ ਪਾਕਿਸਤਾਨ 'ਚ ਆਏ ਹਾਂ, ਕਿੰਨਾ ਪਿਆਰ ਮਿਲਿਆ, ਦੁਬਾਰਾ ਦੇ ਉੱਤੇ ਸਾਡੀਆਂ ਤਸਵੀਰਾਂ ਪਹਿਲਾਂ ਲੱਗੀਆਂ ਨੇ, ਪਰ ਇਹ ਲੋਕ ਜਿਹੜੇ ਹੈਗੇ ਇਹਨਾਂ ਨੇ ਜਿੰਨਾ ਸਾਨੂੰ ਪਿਆਰ ਦਿੱਤਾ ਅਸੀਂ ਉਹਨਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਮੈਨੂੰ ਲੱਗਦਾ ਕਿ ਸਾਡਾ ਇਹ ਐਪੀਸੋਡ ਤੁਹਾਨੂੰ ਜ਼ਰੂਰ ਚੰਗਾ ਲੱਗੂਗਾ, ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਹੋਊਗਾ।